ਸੋ ਹੇ ਗਾਇਸ ਵੈਲਕਮ ਬੈਕ ਟੂ ਸੋਨੀਆ ਰਾਗੋ ਵਲੌਗਸ। ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਗੇ। ਹਾਂਜੀ ਹਾਂਜੀ, ਆਪਾਂ ਬਹੁਤ ਵਧੀਆ ਤੁਹਾਡੇ ਪਿਆਰ ਅਤੇ ਤੁਹਾਡੇ ਦੁਆ ਦੇ ਨਾਲ। ਸੋ ਸਭ ਤੋਂ ਪਹਿਲਾਂ ਤਾਂ ਗੁੱਡ ਮੋਰਨਿੰਗ ਆ ਸਭ ਨੂੰ। ਅਤੇ ਲੱਡੂ ਨੂੰ ਅੱਜ ਫੀਵਰ ਹੈ ਅਤੇ ਬਹੁਤ ਜ਼ਿਆਦਾ ਇਰੀਟੇਟ ਕਰ ਰਿਹਾ, ਰੋ ਰੋ ਕੇ ਆਪੇ ਵੀ ਕਲਪ ਰਿਹਾ, ਸਾਨੂੰ ਵੀ ਕਲਪਾ ਰਿਹਾ। ਹਾਂ ਤੂੰ ਕੀ ਆ, ਪੋਟੀ ਕੀਤੀ? ਮੈਂ ਪੋਟੀ ਸਾਫ਼ ਕਰਨਾ ਪੈਂਦਾ। ਹੁਣ ਮੰਮੀ ਕਹਿਣ ਲੱਗਿਆ ਲੱਡੂ ਦੀ ਪੋਟੀ ਸਾਫ਼ ਅਤੇ ਮੰਮੀ ਅਤੇ ਜਿੱਦਾਂ ਕਿ ਤੁਹਾਨੂੰ ਪਤਾ ਮੰਮੀ ਦੀ ਪਹਿਲੀ ਮੀਲ ਗਰਮ ਪਾਣੀ ਅਤੇ ਨਾਲ ਉਹ ਪਾਊਡਰ ਵਾਲਾ ਪਾਣੀ, ਅਤੇ ਹੁਣ ਮੰਮੀ ਨੇ ਉਹ ਪੀ ਲਿਆ ਵਾ ਅਤੇ ਹੁਣ ਮੰਮੀ ਕਰਨ ਲੱਗੇ ਲੱਡੂ ਦੀ ਪੋਟੀ ਸਾਫ਼ ਅਤੇ ਇਸ ਤੋਂ ਬਾਅਦ ਨਾਨੀ ਮੰਮਾ ਦੀ ਮੈਂ ਜਾਣਾ ਮੈਂ ਦਵਾਈ ਲੈਣ। ਅਤੇ ਯਾਦੂ ਗੁੱਡ ਮੋਰਨਿੰਗ। ਗੁੱਡ ਮੋਰਨਿੰਗ ਮੰਮਾ, ਆਪਕੇ 30 ਡੇਜ਼ ਪੂਰੇ ਹੋਣੇ ਵਾਲੇ ਹੈ। ਯੇ 28 ਡੇਜ਼ ਕਾ ਵਲੌਗ ਹੈ। ਕਿਆ ਕੀ ਆਪਨੇ ਇੱਕ ਮਹੀਨੇ ਮੈਂ ਬਤਾਓ ਆਪਣੀ ਜਨਤਾ ਕੋ। ਇੱਕ ਮਹੀਨੇ 'ਚ 87 ਤੋਂ ਸਟਾਰਟ ਕੀਤਾ ਸੀ ਮੈਂ, ਅੱਜ ਮੈਂ ਚੈੱਕ ਕੀਤਾ 81 ਆਇਆ। ਓਕੇ 7 ਕਿਲੋ ਲੂਜ਼। ਮੈਂ 10 ਕਿਲੋ ਹੋ ਸਕਦਾ ਸੀ, ਬਟ ਮੈਂ ਵਿੱਚੋਂ 2 ਦਿਨ ਚੀਟ ਕੀਤੀ ਹੈ। ਓਕੇ 2 ਦਿਨ ਚੀਟ ਕੀਤੀ ਹੈ ਜਿਹਦੇ ਨਾਲ ਮੈਨੂੰ 2-2 ਦਿਨ ਦਾ ਫਰਕ ਲੱਗ ਗਿਆ, ਨਹੀਂ ਤਾਂ ਮੈਕਸਿਮਮ ਮੇਰਾ 8-10 ਕਿਲੋ ਵੇਟ ਲੋਸ ਹੋਈ। ਮੰਮਾ ਨੇ ਆਪਣਾ ਵੇਟ ਰਿਵੀਲ ਨਹੀਂ ਕੀਤਾ ਤੇ, ਬਟ ਮੰਮਾ ਅਭੀ ਕਰੇਗੇ। ਹਾਂ ਬਟ ਮੈਂ ਹੁਣ ਕੰਪਲੀਟ ਹੋ ਜਾਂਦਾ, ਕਿਉਂਕਿ ਅਗਰ ਮੈਂ ਵੇਟ ਰਿਵੀਲ ਕਰਦੀ ਨਾ ਫਿਰ ਸਟਾਰਟਿੰਗ ਤੋਂ ਕਰਨਾ ਚਾਹੀਦਾ ਸੀ। ਹੁਣ ਜਦੋਂ ਇਹ ਹੋ ਜਾਏਗਾ ਨਾ ਚੈਲੰਜ ਪੂਰਾ, ਉਸ ਤੋਂ ਬਾਅਦ ਮੈਂ ਫਿਰ ਦੁਬਾਰਾ ਵੇਟ ਵੇਟ ਨਾਲ ਸਟਾਰਟ ਕਰਨਾ ਹਰ ਚੀਜ਼। ਓਕੇ ਮੰਮੀ ਪੀਣਗੇ ਲੋਕੀ ਦਾ ਜੂਸ ਜੋ ਕਿ ਮੰਮੀ ਦੂਜੀ ਮੀਲ ਆ, ਤੇ ਹੁਣ ਮੈਂ ਤੇ ਚੱਲਾ ਵਾ ਨਾਨੀ ਮੰਮਾ ਦੇ ਕੋਲ। ਆਹੋ ਦੂਜੀ ਮੀਲ ਹੀ ਉਹ ਤੇ ਹੁਣ ਅੰਸ਼ੋ ਤੇ ਉਧਰ ਮੰਮੀ ਦਾ ਕਰ ਰਿਹਾ ਵਲੌਗ ਐਡਿਟ, ਤੇ ਜਿੱਦਾਂ ਹੀ ਹੁਣ ਅੱਗੇ ਜੋ ਵੀ ਹੁੰਦਾ ਮੈਂ ਤੁਹਾਨੂੰ ਦਿਖਾਉਂਦੇ। ਬਸ ਤੁਸੀਂ ਕਰ ਲਓ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ, ਤੇ ਮਿਲਦਾ ਤੁਹਾਨੂੰ ਥੋੜੀ ਦੇਰ ਚ। ਸੋ ਗਾਈਜ਼, ਇਹ ਹੈ ਮੰਮਾ ਕੀ ਫਰਸਟ ਮੀਲ, ਮਤਲਬ ਇਹ ਹੈ, ਮਤਲਬ ਕੱਚੀ ਨਹੀਂ ਦੂਗੀ, ਇਸਕੀ ਰੈਸਿਪੀ ਆਪਕੋ ਬਤਾਊਗੀ, ਪਹਿਲੇ ਵੀ ਬਤਾਈ ਹੈ। ਇਹ ਹੈ ਹਾਫ ਲੌਕੀ, ਫੁੱਲ ਨਹੀਂ ਹੈ, ਇਹ ਹਾਫ ਹੈ, ਕੱਲ ਹਾਫ ਕੀ ਬਣਾਈ ਤੀ, ਹਾਫ ਅੱਜ ਬਚੀ ਤੀ। ਔਰ ਇਹ ਹੈ ਥੋੜ੍ਹਾ ਕੋਰੀਐਂਡਰ, ਔਰ ਇਹ ਹੈ ਨਿੰਬੂ। ਸੋ ਗਾਈਜ਼, ਮੈਂ ਲੌਕੀ ਔਰ ਚੁਕੀ ਹੂੰ, ਔਰ ਅਭੀ ਮੈਂ ਇਸਮੇ ਇੱਕ ਲੈਮਨ ਸਕਵੀਜ਼ ਕਰੂੰਗੀ। ਸੋ ਗਾਈਜ਼, ਇਹ ਜੋ ਫੁੱਲ ਲੈਮਨ ਹੈ, ਇਹ ਹਮ ਇਸਮੇ ਸਕਵੀਜ਼ ਕਰੇਗੇ, ਔਰ ਇਸਮੇ ਇੱਕ ਗਲਾਸ ਪਾਣੀ ਡਾਲੇਗੇ, ਅਗਰ ਬੜਾ ਹੋਗਾ ਤੋ, ਅਗਰ ਛੋਟਾ ਗਲਾਸ ਹੋਗਾ ਤੋ 1.5 ਗਲਾਸ ਡਾਲੇਗੇ। ਸੋ ਗਾਈਜ਼, ਥੋੜ੍ਹਾ ਸਾ ਪਾਣੀ, ਥੋੜ੍ਹਾ ਸਾ ਡਾਲੇਗੇ ਹਮ ਪਿੰਕ ਸਾਲਟ, ਬਸ ਬਹੁਤ ਹੈ, ਔਰ ਥੋੜ੍ਹਾ ਡਾਲੇਗੇ ਜੀਰਾ ਪਾਊਡਰ ਔਰ ਬਲੈਕ ਪੈਪਰ, ਮੈਂ ਤਾਂ ਕਾਲੀ ਮਿਰੀ ਜਾਂ ਪਾਊਡਰ ਮੈਂ ਆਲਰੇਡੀ ਡਾਲ ਦਿਆ, ਫਿਰ ਇਨ ਸਭ ਕੋ ਅੱਛੇ ਸੇ ਬਲੈਂਡ ਕਰਨਾ ਹੈ। ਸੋ ਗਾਈਜ਼, ਮੈਂ ਬਲੈਂਡ ਕਰਕੇ ਮਿਲਤੀ ਹੂੰ। ਸੋ ਗਾਈਜ਼, ਇਹ ਸਾਰਾ ਮਿਕਸ ਹੋ ਚੁੱਕਾ ਹੈ ਅੱਛੇ ਸੇ, ਅਭੀ ਹਮ ਇਸੇ ਕਰੇਗੇ ਸਟਰੇਨ। ਸੋ ਮੈਂ ਇਸੇ ਜਬ ਸਟਰੇਨ ਕਰਤੀ ਹੂੰ, ਉਸਕੇ ਬਾਅਦ ਆਪਕੋ ਬਤਾਤੀ ਹੂੰ, ਜੋ ਇਸਕਾ ਜੋ ਐਕਸਟਰਾ ਰਹੇਗਾ ਵੋ ਫੇਂਕ ਦੇਣਾ ਹੈ, ਔਰ ਜੋ ਇਸਕਾ ਪਾਣੀ ਨਿਕਲੇਗਾ ਨਾ, ਇਹ ਬਣ ਜਾਏਗਾ ਹਮਾਰਾ ਜੂਸ। ਸੋ ਗਾਈਜ਼, ਇਹ ਬਣ ਚੁੱਕਾ ਹੈ ਮਮਾ ਕਾ ਲੌਕੀ ਕਾ ਜੂਸ, ਔਰ ਜੋ ਵੀ ਇਹ ਐਕਸਟਰਾ ਹੈ ਵੋ ਮੈਂ ਫੇਂਕ ਦੂੰਗੀ, ਬਿਕੋਜ਼ ਜੋ ਇਹ ਚਾਹੀਏ ਥਾ ਮੁਝੇ ਵੋ ਮਿਲ ਚੁੱਕਾ ਹੈ। ਇਹ ਰੀਅਲ ਹੈ ਨਾ? ਹਾਂ, ਜੋ ਵੇਸਟ ਥਾ ਵੋ ਨਿਕਲ ਗਿਆ। ਰਾਈਟ, ਵੇਸਟ ਥਾ ਵੋ ਨਿਕਲ ਗਿਆ। ਸੋ ਇਹ ਇੱਕ ਫੈਟ ਕਟਰ ਡਰਿੰਕ ਹੈ ਇਨ ਸ਼ੋਰਟ। ਮਾਂ, ਇਹ ਫੈਟ ਕਟਰ ਡਰਿੰਕ ਆਪਕੀ, ਇਹ ਲੋ ਆਪਕੀ ਫਰਸਟ ਮੀਲ। ਮੈਂ ਸੋਚਦੀ ਪਈ ਅਗਰ ਮੈਂ ਦੋ ਦਿਨ ਨਾ ਨਾ ਕੀਤਾ ਹੁੰਦਾ ਚੀਟ। ਤੇ ਚਲੋ ਚਲੀਏ ਹੁਣ ਆਪਾਂ ਨਾ ਨਿਓ ਮੇਰੇ ਘਰ। ਹੋ ਸਸਤਾ ਵਲੌਗਰ ਕਿਆ ਬੋਲੀ? ਲੇਮ ਕੁਛ ਨਹੀਂ ਭਈਆ, ਸਸਤੇ ਵਲੌਗਰ ਨਹੀਂ ਭਈਆ, ਕੱਲ ਤੋਂ ਆਪਨੇ ਆਈਫੋਨ ਲੈ ਕੇ ਦਿਆ ਬੂਬੂ ਕੋ। ਓ ਯਾਰ, ਸਭ ਤੋਂ ਪਹਿਲੀ ਗੱਲ ਯਾਰ ਮੰਮੀ, ਸਭ ਤੋਂ ਪਹਿਲੀ ਗੱਲ, ਮੇਰੇ ਸੱਜਣ ਪਿਆਰੇ ਨੇ ਮੇਰੇ 60,000 ਸਬਸਕ੍ਰਾਈਬਰ ਕਰਤੇ ਯਾਰ, 60,000। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸੋ ਗਾਈਜ਼, ਮਮਾ ਇਹ ਡਰਿੰਕ ਪੀਤੇ ਫਿਰ ਹਮ ਮਿਲਤੇ ਹੈਂ। ਸੋ ਗਾਈਜ਼, ਨਾਨੀ ਮਮਾ ਸਾਡੇ ਘਰ ਪਧਾਰ ਚੁੱਕੇ ਆ, ਜਿਹੜੀ ਬੋਇਲ ਕਰਕੇ ਬਣਾਈ ਹੈ ਨਾਲ ਮਾਮੀ ਖਾਣਗੇ ਨਿੰਬੂ ਚਟਨੀ ਤੇ ਬਲੈਕ ਸੋਲਟ ਤੇ ਚਾਦਰ ਪਛਾਓ ਭਾਜੀ, ਮੰਮੀ ਰੱਖੋ ਅੱਗੇ ਜੀ। ਸੋ ਮੰਮੀ ਇੰਜੋਏ ਕਰੋ ਆਪਣੀ ਮੀਲ ਤੇ ਜਲਦੀ ਜਲਦੀ ਪਤਲੇ ਹੋਵੋ। ਮੰਮੀ ਵਾਸਤੇ ਅਦਰਕ ਵਾਲੀ ਚਾਹ ਤੇ ਨਾਲ ਇਹਨਾਂ 2 ਬ੍ਰੈਡ ਨਾ ਕਰੰਚੀ ਕਰਕੇ ਉਹਦੇ ਵਿੱਚ ਉਹ ਦੇ ਦੇ, ਨਾਲ ਲੱਡੂ ਵੀ ਖਾ ਲੇਗਾ, ਥੋੜਾ ਜਿਹਾ ਮੱਖਣ ਜਾਂ ਘਿਓ ਲਾ ਕੇ ਨਾ ਕਰੰਚੀ ਕਰਕੇ ਨਮਕ ਲਾ ਕੇ ਦੇ ਦੇ। ਸੋ ਗਾਇਸ, ਲੱਡੂ ਦੀ ਤਬੀਅਤ ਥੋੜੀ ਠੀਕ ਨਹੀਂ ਗਈ, ਕਿਉਂਕਿ ਸਵੇਰ ਦਾ 3 ਘੰਟੇ ਹੋ ਗਏ ਲੱਡੂ ਇੱਥੇ ਹੀ ਬੈਠਿਆ ਪਿਆ ਮੰਮੀ ਦੇ ਕੋਲ। ਮੇਰਾ ਬੱਚਾ ਆ ਠੀਕ ਨੇ, ਲੋ ਹੈ ਦੇ ਬਿਕੋਜ਼ ਇਹਨੂੰ ਥੋੜਾ ਜਿਹਾ ਫੀਵਰ ਹੈ ਪਲੱਸ ਇਹਨੂੰ ਕੋਲਡ ਆ ਥੋੜਾ ਜਿਹਾ। ਸੋ ਗਾਇਸ, ਸੋਨੀਆ ਠਾਕੁਰ ਵਲੌਗਸ ਦੇ ਵਿੱਚ ਸਵਾਗਤ ਹੈ, ਤੇ ਮੈਂ ਤੁਹਾਨੂੰ ਐਵੇਂ ਝੂਠ ਨਹੀਂ ਆਖਦਾ, ਮੈਂ ਸਭ ਕੁਝ ਤੁਹਾਨੂੰ ਸੱਚ ਦੱਸਾਂਗਾ, ਹੁਣੇ ਦੱਸਾਂਗਾ ਸਭ ਕੁਝ। ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਲਾਈਕ ਕਰ ਦਿਓ, ਕੀਤੀ ਹੈ ਵੀਡੀਓ ਨਹੀਂ ਨਾ ਕੀਤੀ, ਪਹਿਲਾਂ ਲਾਈਕ ਪਲੀਜ਼, ਇੰਨੀ ਮਿਹਨਤ ਕਰਦਾ ਲਾਈਕ ਤਾਂ ਕਰਿਆ ਕਰੋ। ਹਾਂਜੀ ਠੀਕ ਹੈ, ਲਾਈਕ ਕਰਤੀ। ਦੂਜੀ ਗੱਲ ਇਹ ਹੈ,
ਮੰਮੀ ਦੀ ਸਿਹਤ ਵੀ ਨਹੀਂ ਠੀਕ, ਲੱਡੂ ਨੂੰ ਕੋਲਡ ਫੀਵਰ ਹੋਇਆ ਪਿਆ। ਤੀਜੀ ਗੱਲ, ਨਾਨੀ ਮੰਮਾ ਦੀ ਸਿਹਤ ਵੀ ਠੀਕ, ਮਤਲਬ ਤਿੰਨ ਜਣੇ ਸਾਡੇ ਘਰ ਦੇ ਵਿੱਚ ਬਿਮਾਰ ਆ। ਨਾਨੀ ਮੰਮਾ ਦੀ ਸਵੇਰੇ ਮੈਂ ਦਵਾਈ ਲੈਣ ਚੱਲਾ ਸੀਗਾ, ਮਤਲਬ ਮੈਂ ਸਵੇਰੇ ਉਹਨਾਂ ਦੇ ਘਰ ਗਿਆ ਪਹਿਲਾਂ ਉੱਥੇ ਦੀ ਸਵੇਰੇ ਉੱਠ ਕੇ, ਅਤੇ 1 ਵਜੇ ਡਾਕਟਰ ਬੰਦ ਹੋ ਜਾਂਦਾ ਸੀਗਾ, ਅਤੇ 1 ਵਜੇ ਹੀ ਮੈਂ ਉਹਨਾਂ ਦੇ ਘਰ ਦੇ ਬਾਹਰ ਪੁੱਜ ਰਿਹਾ ਵਾਂ। ਹੁਣ ਮੈਨੂੰ ਨਹੀਂ ਪਤਾ ਸੀਗਾ ਕਿ ਨਾਨੀ ਮੰਮਾ ਕੋਲ ਜਾਣਾ ਵਾ, ਇਹ ਅਚਾਨਕ ਪਲੈਨ ਬਣਿਆ ਸੀਗਾ ਅਤੇ ਮੈਂ ਚੱਲ ਗਿਆ ਸੀਗਾ। ਅਤੇ ਹੁਣ ਮੈਂ ਜਦੋਂ ਗਿਆ ਵਾਂ ਅਤੇ ਉਹਨਾਂ ਨੇ ਕਿਹਾ 1 ਵਜੇ ਅਪੁਆਇੰਟਮੈਂਟ ਬੰਦ ਹੋ ਜਾਂਦੀ ਹੈ, ਅਤੇ ਅਪੁਆਇੰਟਮੈਂਟ ਹੋ ਗਈ ਸੀਗੀ ਬੰਦ ਕਿਉਂਕਿ ਮੈਂ ਪੁੱਜੇ 1 ਵਜੇ ਸੀਗਾ। ਫਿਰ ਉਸ ਤੋਂ ਬਾਅਦ ਮੈਂ ਆਇਆ ਵਾਂ ਵਾਪਸ ਘਰ ਨਾਨੀ ਮੰਮਾ ਲੈ ਕੇ, ਫਿਰ ਮੈਂ ਚੱਲ ਗਿਆ ਸੀਗਾ ਗਰਾਊਂਡ 'ਚ। ਅਤੇ ਉਸ ਤੋਂ ਬਾਅਦ ਮੰਮੀ ਦੀ ਸਿਹਤ ਵੀ ਅੱਜ ਮਤਲਬ ਹਾਰਟ ਬੀਟ ਦੀ ਥੋੜ੍ਹੀ ਬਹੁਤੀ ਪ੍ਰੋਬਲਮ, ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਅਤੇ ਮੰਮੀ ਫਿਰ ਮੈਡੀਸਨ ਵਗੈਰਾ ਕਰਕੇ ਮੰਮੀ ਤਾਂ ਆਰਾਮ ਨਾਲ ਗਏ ਆ ਸੋ, ਅਤੇ ਟਾਈਮ ਤੁਸੀਂ ਦੇਖ ਲਓ ਰਾਤ ਦੇ 12 ਵਜੇ ਹੋਏ ਆ। ਅਤੇ ਹੁਣ ਮੈਂ ਖਾਣ ਲੱਗਾ ਸੀਗਾ ਰੋਟੀ, ਜਦੋਂ ਰੋਟੀ ਗਰਮ ਕਰ ਰਹੀ ਉੱਧਰ, ਅਤੇ ਅੰਸ਼ੂ ਵਾਸ਼ਰੂਮ ਦੇ ਵਿੱਚ, ਅਤੇ ਇੱਧਰ ਹੁਣ ਮੈਂ ਸਾਰਾ ਬੈੱਡ ਸੈੱਟ ਕਰਨਾ ਵਾ ਕਿਉਂਕਿ ਮੈਂ ਇੱਥੇ ਹੀ ਸੋਨਾ ਪਿਆ 3 ਦਿਨ ਤੋਂ, ਕਿਉਂਕਿ ਸਾਨੂੰ ਆ ਰਿਹਾ ਮਜ਼ਾ ਨੀਚੇ ਸੋ ਕੇ, ਕਿਉਂਕਿ ਰਾਤ ਨੂੰ ਸਾਨੂੰ ਕੋਈ ਤੰਗ ਨਹੀਂ ਕਰਦਾ ਅਤੇ ਫਿਰ ਆਪਾਂ ਆਰਾਮ ਨਾਲ ਪਬਜੀ ਵਗੈਰਾ ਖੇਲਦੇ ਹਾਂ। ਅਤੇ ਹੁਣ ਵੀ ਬਸ ਮੈਂ ਇਹ ਵਲੋਗ ਐਂਡ ਕਰਨ ਤੋਂ ਬਾਅਦ ਮੈਂ ਪਬਜੀ ਖੇਡਨੇ ਆ, ਅਤੇ ਬਾਕੀ ਮੰਮੀ ਦੀ ਡਾਇਟ ਜੋ ਵੀ ਸੀਗੀ ਕਿੱਦਾਂ ਵੀ ਸੀਗੀ ਉਹ ਸਭ ਕੁਝ ਜਾਦੂ ਤੁਹਾਨੂੰ ਦੱਸ ਦੇਗੀ। ਜਾਦੂ ਸੋ ਲੌਕੀ ਦਾ ਜੂਸ ਵਗੈਰਾ ਤੱਕ ਬਤਾਇਆ ਹੈ, ਉਸਕੇ ਬਾਅਦ ਮੰਮਾ ਨੇ ਲਿਆ ਥਾ ਵੈਜੀਟੇਬਲਸ, ਉਸਕੇ ਬਾਅਦ ਮੰਮਾ ਨੇ ਪੀਆ ਥਾ ਦਾਲ ਵਾਲਾ ਸੂਪ, ਬਸ